ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫਿਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜੀ, ਜਿਸ ਦੇ ਵਿੱਚ ਰੈਗੂਲਰ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਜਿਹੜਾ ਹੈ ਜੀ ਆਂਗਨਵਾੜੀ ਡਿਪਾਰਟਮੈਂਟ ਦੇ ਵੱਲੋਂ ਆਊਟ ਕੀਤਾ ਗਿਆ, ਜਿਹਦੇ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਮੈਂ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਜੀ। ਫਸਟ ਟਾਈਮ ਚੈਨਲ 'ਤੇ ਆਏ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ, ਜਿਹਦੇ ਲਈ ਸਿੰਪਲੀ ਤੁਸੀਂ ਗੂਗਲ 'ਚ ਜਾਣਾ ਹੈ ਔਰ ਟਾਈਪ ਕਰਨਾ 'ਚ ਮੀਤ ਅਕੈਡਮੀ .in ਅਤੇ ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਵੇਗੀ। ਉੱਥੋਂ ਤੁਸੀਂ ਚੈੱਕ ਕਰਕੇ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ। ਜਿੰਨੀਆਂ ਵੀ ਲੇਟੈਸਟ ਵੈਕੈਂਸੀਜ਼ ਹੁੰਦੀਆਂ ਨੇ, ਸਾਰੀਆਂ ਲੇਟੈਸਟ ਵੈਕੈਂਸੀਜ਼ ਦੇ ਲਈ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਉਹ ਮਿਲ ਜਾਂਦਾ ਹੈ ਜੀ ਸਾਡੀ ਵੈਬਸਾਈਟ ਤੋਂ। ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਜਾ ਕੇ ਸਟੈਪ ਬਾਏ ਸਟੈਪ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਦੇਣਾ ਹੈ ਜੀ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨੋਟੀਫਿਕੇਸ਼ਨ ਦੀ, ਤਾਂ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਸੋਸ਼ਲ ਵੈਲਫੇਅਰ ਵੂਮੈਨ ਚਾਈਲਡ ਡਿਵੈਲਪਮੈਂਟ ਵੱਲੋਂ ਆਊਟ ਕੀਤਾ ਗਿਆ ਹੈ ਜੀ, ਜਿਸ ਦੇ ਵਿੱਚ ਮੇਲ ਫੀਮੇਲ ਦੋਨੋਂ ਹੀ ਕੈਂਡੀਡੇਟ ਐਲੀਜੀਬਲ ਨੇ ਅਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਜੀ। ਆਫਲਾਈਨ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰਨਾ ਹੋਵੇਗਾ। ਇਸ ਦੇ ਵਿੱਚ ਲਾਸਟ ਡੇਟ ਜਿਹੜੀ ਹੈ ਉਹ 25 ਮਾਰਚ ਜਿਹੜੀ ਹੈ ਤੁਹਾਡੀ ਇਸ ਦੇ ਵਿੱਚ ਰਹਿਣ ਵਾਲੀ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ ਜਿਹੜੇ ਕਿ ਇਹਦੇ ਵਿੱਚ ਤਾਂ ਐਪਲੀਕੇਸ਼ਨ ਫੀ ਹੈ ਤੁਹਾਡੀ ਜਨਰਲ ਓ ਬੀ ਸੀ ਈ ਡਬਲਯੂ ਐਸ ਐਸ ਸੀ ਐਸ ਟੀ ਐਸ ਸੀ ਦੀ ਲਈ, ਜਿਹੜੇ ਐਸ ਟੀ ਦੇ ਲਈ 1000 ਰੁਪਇਆ, ਐਸ ਸੀ ਦੇ ਲਈ 500 ਰੁਪਇਆ ਤੁਹਾਡੀ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਉਸ ਦੇ ਵਿੱਚ ਉਹ ਰਹਿਣ ਵਾਲੀ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ ਆਂਗਨਵਾੜੀ ਦੇ ਵਿੱਚ ਵੈਕੈਂਸੀਜ਼ ਜਿਹੜੀਆਂ ਕਲਰਕ ਦੀਆਂ 5 ਵੈਕੈਂਸੀ ਨੇ ਜਿਹੜੀਆਂ ਕਿ ਆਊਟ ਕੀਤੀਆਂ ਗਈਆਂ ਨੇ। ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਤਾਂ ਇੱਥੇ ਜਨਰਲ ਓ ਬੀ ਸੀ ਦੇ ਲਈ ਜਿਹੜੀ ਹੈ ਅਤੇ ਪਲੱਸ ਐਸ ਸੀ ਦੇ ਲਈ ਇੱਕ ਇੱਕ ਪੋਸਟ ਜਿਹੜੀ ਹੈ ਜੀ ਇੱਥੇ ਆਊਟ ਕੀਤੀ ਗਈ, ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਹੈ ਉਹ ਕਰਨਾ ਹੋਵੇਗਾ ਜੀ। ਠੀਕ ਹੈ ਜੀ। ਇਸ ਦੇ ਵਿੱਚ ਨੈਕਸਟ ਗੱਲ ਕਰਾਂ ਸਿਲੈਕਸ਼ਨ ਪ੍ਰੋਸੈਸ ਦੀ, ਤਾਂ ਇਸ ਦੇ ਵਿੱਚ ਤੁਹਾਡਾ ਰਿਟਨ ਐਗਜ਼ਾਮ ਹੋਣਾ ਹੈ ਜਿਸ ਦੇ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ। ਉਸ ਤੋਂ ਬਾਅਦ ਗੱਲ ਕਰਾਂ ਇਸ ਦੇ ਵਿੱਚ ਸਿਲੇਬਸ ਦੀ, ਤਾਂ ਤੁਹਾਡਾ ਇਸ ਵਿੱਚ ਰਿਟਨ ਟੈਸਟ ਜਿਹੜਾ ਹੈ ਉਹ ਚੰਡੀਗੜ੍ਹ ਵਿਖੇ ਹੋਵੇਗਾ। ਠੀਕ ਹੈ ਜੀ, ਜਿਹੜਾ ਉਹਨੂੰ ਟਾਈਮ ਦਿੱਤਾ ਹੋਇਆ ਉਦੋਂ, ਔਰ ਇਸ ਦੇ ਵਿੱਚ ਤੁਹਾਨੂੰ ਐਡਮਿਟ ਕਾਰਡ ਜਿਹੜੇ ਨੇ ਉਹ ਡਾਊਨਲੋਡ ਕਰਨ ਦੇ ਲਈ ਟਾਈਮ ਜਿਹੜਾ ਉਹ ਦਿੱਤਾ ਜਾਵੇਗਾ। ਇਸ ਦੇ ਵਿੱਚ ਤੁਹਾਡਾ ਜਿਹੜਾ ਪੈਟਰਨ ਰਹਿੰਦਾ ਹੈ ਜੀ ਉਹਦੀ ਅਗਰ ਮੈਂ ਗੱਲ ਕਰਾਂ ਇੱਥੇ, ਤਾਂ ਲੈਂਗੁਏਜ ਪ੍ਰੋਫੀਸ਼ੀਐਂਸੀ ਇੰਗਲਿਸ਼ ਦੇ 20 ਕੁਐਸਚਨ ਰਹਿਣਗੇ, ਜਨਰਲ ਅਵੇਅਰਨੈਸ ਦੇ 20, ਮੈਂਟਲ ਐਪਟੀਟਿਊਡ ਦੇ ਰੀਜ਼ਨਿੰਗ ਦੇ ਜਿਹੜੇ ਨੇ ਇੱਥੇ ਉਹ 20 ਕੁਐਸਚਨ ਜਿਹੜੇ ਨੇ ਇੱਥੇ ਰਹਿਣ ਵਾਲੇ ਨੇ। ਅਰਥਮੈਟਿਕ 10th ਸਟੈਂਡਰਡ ਦੇ ਅਕੋਰਡਿੰਗਲੀ 20 ਕੁਐਸਚਨ, ਕੰਪਿਊਟਰ ਪ੍ਰੋਫੀਸ਼ੀਐਂਸੀ ਦੇ 20 ਕੁਐਸਚਨ ਜਿਹੜੇ ਨੇ ਉਹ ਇੱਥੇ ਰਹਿਣਗੇ। ਅਤੇ ਉਸ ਤੋਂ ਬਾਅਦ ਗੱਲ ਕਰਾਂ ਇਸ ਦੇ ਵਿੱਚ ਇੰਗਲਿਸ਼ ਦੇ ਵਿੱਚ ਤੁਹਾਡਾ ਪੇਪਰ ਹੋਣਾ ਹੈ ਜੀ। ਠੀਕ ਹੈ ਜੀ। ਮਾਰਕਿੰਗ ਚੈਕਿੰਗ ਪ੍ਰੋਸੀਜਰ ਦੀ ਗੱਲ ਕਰਾਂ ਤਾਂ ਹਰ ਇੱਕ ਕੁਐਸਚਨ 1 ਮਾਰਕ ਦਾ ਰਹੇਗਾ, ਨੈਗੇਟਿਵ ਮਾਰਕਿੰਗ 1/4 ਇੱਥੇ ਜਿਹੜੀ ਹੈ ਜੀ ਉਹ ਹੋਵੇਗੀ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਤਾਂ ਜਿਹੜੇ ਤੁਹਾਨੂੰ ਮਿਨੀਮਮ ਮਾਰਕਸ ਲੈਣੇ ਪੈਣਗੇ ਕੁਆਲੀਫਾਈਂਗ ਕ੍ਰਾਈਟੇਰੀਆ ਦੇ ਅਕੋਰਡਿੰਗਲੀ, 40 ਮਾਰਕਸ ਜਿਹੜੇ ਨੇ ਤੁਹਾਡੇ ਜਨਰਲ ਦੇ ਲਈ ਅਤੇ ਅਦਰ ਦੇ ਲਈ 35 ਮਾਰਕਸ ਜਿਹੜੇ ਨੇ ਉਹ ਇਸ ਦੇ ਵਿੱਚ ਰਹਿਣ ਵਾਲੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਏਜ ਲਿਮਿਟ ਦੀ ਗੱਲ ਕਰਾਂ ਤਾਂ ਤੁਹਾਡੀ ਜਿਹੜੀ ਮਿਨੀਮਮ ਏਜ ਹੈ 18 ਤੋਂ 37 ਜਿਹੜੀ ਹੈ ਰਹਿਣ ਵਾਲੀ ਹੈ ਜੀ। ਆਂਗਨਵਾੜੀ ਦੇ ਲਈ, ਹੈਲਪਰ ਦੇ ਲਈ ਗੱਲ ਕਰਾਂ ਤਾਂ 18 ਤੋਂ 37 ਹੀ ਰਹੇਗੀ ਦੋਨਾਂ ਦੇ ਲਈ, ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰਨਾ ਹੋਵੇਗਾ। ਇਹਦੇ ਵਿੱਚ ਤੁਹਾਡੀ ਜਿਹੜੀ ਸੈਲਰੀ ਰਹਿਣ ਵਾਲੀ ਹੈ ਜੀ 5,910 ਰੁਪਏ ਤੋਂ ਲੈ ਕੇ 20,200 ਜਿਹੜੀ ਹੈ ਜੀ ਇਸ ਦੇ ਵਿੱਚ ਉਹ ਰਹੇਗੀ। 1900 ਰੁਪਇਆ ਗ੍ਰੇਡ ਪੇ ਤੁਹਾਨੂੰ ਇੱਥੇ ਦਿੱਤੀ ਹੀ ਜਾਣੀ ਹੈ ਜੀ। ਰੈਗੂਲਰ ਪੋਸਟਾਂ ਨੇ ਬਿਲਕੁਲ। ਅਪਲਾਈ ਕਰਨ ਦੇ ਲਈ ਕਿੱਦਾਂ ਅਪਲਾਈ ਕਰਨਾ ਉਹ ਸਾਰਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮੈਂ ਦਿੱਤੇ ਹੀ ਹੋਏ ਨੇ, ਚੈੱਕ ਕਰ ਲੈਣਾ ਤੁਸੀਂ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ ਇਹਨਾਂ ਵੈਕੈਂਸੀਜ਼ ਦੇ ਲਈ, ਤਾਂ ਇਹਦੇ ਲਈ ਤੁਸੀਂ ਪਹਿਲਾਂ ਰਜਿਸਟ੍ਰੇਸ਼ਨ ਕਰਕੇ ਫਿਰ ਅਪਲਾਈ ਕਰਨਾ ਹੈ। ਅਤੇ ਜਿੰਨਾ ਕੈਂਡੀਡੇਟ ਨੇ ਬੈਚਲਰ ਆਫ ਡਿਗਰੀ ਕੀਤੀ ਹੋਈ ਹੈ ਇੱਥੇ, ਠੀਕ ਹੈ ਜੀ, ਪ੍ਰੋਫੀਸ਼ੀਐਂਸੀ ਹੈਗੀ ਹੈ ਤੁਹਾਨੂੰ ਕੰਪਿਊਟਰ ਦੀ, ਓਪਰੇਟਿੰਗ ਦੀ, ਠੀਕ ਹੈ ਜੀ, ਓ ਲੈਵਲ ਸਰਟੀਫਿਕੇਟ ਜਾਂ 35 ਵਰਡ ਪਰ ਮਿੰਟ ਟਾਈਪਿੰਗ ਤੁਹਾਡੀ ਜਿਹੜੀ ਆਉਂਦੀ ਹੈ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਪਲੱਸ ਤੁਸੀਂ ਕੰਪਿਊਟਰ ਕੋਰਸ ਡਰੈਕ ਕੀਤਾ ਹੋਣਾ ਉਹ ਜ਼ਰੂਰੀ ਹੋਵੇਗਾ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ ਸਰਟੀਫਿਕੇਟ ਜਿਹੜਾ ਤੁਹਾਡਾ, ਠੀਕ
ਠੀਕ ਹੈ ਜੀ, ਉਹ ਤੁਹਾਡੇ ਕੋਲ ਹੋਣਾ ਸਾਰੀ ਡਿਟੇਲ ਜਿਹੜੀਆਂ ਨੇ ਹੋਣੀ ਚਾਹੀਦੀਆਂ ਜਿਹੜੀਆਂ ਅਪਲੋਡ ਕਰਨੀਆਂ ਨੇ, ਤੁਸੀਂ ਚੈੱਕ ਕਰ ਲੈਣਾ ਜੀ, ਲਿੰਕ ਡਿਸਕ੍ਰਿਪਸ਼ਨ 'ਚ ਦਿੱਤੇ ਗਏ ਨੇ, ਚੈੱਕ ਕਰਕੇ ਇਹਦੇ ਲਈ ਤੁਸੀਂ ਜਿਹੜਾ ਹੈ ਉਹ ਅਪਲਾਈ ਕਰ ਸਕਦੇ ਹੋ। ਸਾਰੇ ਲਿੰਕ ਡਿਸਕ੍ਰਿਪਸ਼ਨ 'ਚ ਤੁਹਾਨੂੰ ਦੇ ਦਿੱਤੇ ਗਏ ਨੇ, ਫਿਰ ਵੀ ਡਾਊਟ ਹੋਵੇ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹੋ। ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।